सत श्री अकाल दोस्तों, गोल्ड स्टार समाना चैनल देख रहे सारे दर्शकों का स्वागत किया जाता जी। सो बई रोज की तरह है ना, अज भी आप एक वीडियो लेके आए जिस आप 52 का ट्रैक्टर बारे गलबात करांगे। 52 का ट्रैक्टर थोड़ा दिखावांगे, जॉन डियर का फोर व्हील ड्राइव ट्रैक्टर है, जिस दे उपर बाईया ने एसी कैबन प्लस फ्रंट मड गार्ड है, जिहड़ा 924 दे टायरां दे उपर गोल्ड स्टार समाना तो लवाया है। ते बाकी इस चीज नूं भी दसण दा आपां इत्थे क्लीयर कर दिए थोनू है ना, कि जिन्हें भी अपने को अजकल के समय के कस्टमर आ रहे हैं आलमोस्ट सारे यूट्यूब से फेसबुक के जरिए ही अपने जो अटैच ने इंस्टा रील्स के। सो बइया नाल वो भी गलबात करांगे, बाकी थोनू ट्रैक्टर की लुक दिखाने, ट्रैक्टर बहुत ही ज्यादा सोहना लग रहा है ना। तो इस तो बाद बैठ के भी ट्रैक्टर का थोड़ा थोनू रिव्यू देवांगे। तो बाकी प्रोपर जिवें तुसीं देख सकते कि फ्रंट मड गार्ड भी गोल्ड स्टार समाणा वालों तैयार किए हुए, तो बाकी एसी कैबन जिहड़ा स्मार्ट एसी कैबन बइया ने जिहड़ा यूज किया इत्थे ट्रैक्टर दे उपर लगवाया, तो कंप्लीट अपने वालों ट्रैक्टर रेडी हो चुके हैं। सो अज दी फाइनल जिहड़ा डिलीवरी का टाइम है, फाइनली आपां ट्रैक्टर डिलीवर करना है कस्टमर नूं। ते बाकी जिहड़ा नेक सुक जिवें आपां कह दईए कि आपां चीज़ां समझाउणियां हन कस्टमर नूं वी इत्थों इहदी इह चीज़ फंक्शन करदी है, इत्थों इह चीज़ फंक्शन करदी, उह आपां आलमोस्ट अपने जिहड़े वर्कर्स ने उहनां ने डन कर दित्ता है। सो बाकी ਉਹਨੂੰ ਵੀ ਜਿਹੜੇ ਵੀਰ ਆਪਣੇ ਨਾਲ ਇਸ ਟਾਈਮ ਵੀਡੀਓ ਦੇਖ ਰਹੇ ਨੇ ਜਾਂ ਹੁਣ ਇਸ ਤੋਂ ਬਾਅਦ ਜਦੋਂ ਵੀ ਵੀਡੀਓ ਕੋਈ ਦੇਖੂਗਾ ਬਾਈ, ਤਾਂ ਆਪਾਂ ਇਹੀ ਰਿਕੁਐਸਟ ਕਰਦੇ ਹਾਂ ਬਾਈ ਨੂੰ ਕਿ ਵੀਡੀਓ ਨੂੰ ਬਾਈ ਸ਼ੇਅਰ ਵੱਧ ਤੋਂ ਵੱਧ ਜ਼ਰੂਰ ਕਰਦੇ ਕਰੋ, ਤਾਂ ਕਿ ਜੇ ਕਿਸੇ ਵੀਰ ਨੇ ਏਸੀ ਕੈਬਨ ਟਰੈਕਟਰ ਦੇ ਉੱਪਰ ਇੰਸਟਾਲ ਕਰਾਉਣਾ ਹੋਵੇ ਤਾਂ ਗੋਲਡ ਸਟਾਰ ਸਮਾਣਾ ਪਟਿਆਲੇ ਦੀ ਸਮਾਣਾ ਤਹਿਸੀਲ ਦੇ ਵਿੱਚ ਪਿੰਡ ਚੱਕ ਅੰਮ੍ਰਿਤਸਰੀਆਂ ਵਿਖੇ ਲੋਕੇਟਡ ਹੈ। ਅਤੇ ਪੰਜਾਬ ਦੇ ਵਿੱਚੋਂ ਆਪਾਂ ਦੇਖੋ, ਇਹ ਤਾਂ ਲੈਂਗੁਏਜ ਤੋਂ ਹੀ ਆਪਾਂ ਕਲੈਰੀਫਾਈ ਕਰ ਦਿੰਦੇ ਕਿ ਪੰਜਾਬ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆ। ਅਤੇ ਜੇ ਕੋਈ ਅਦਰ ਸਟੇਟ ਵਾਲਾ ਵੀਰ ਆਪਣੇ ਨਾਲ ਕੰਟੈਕਟ ਕਰਨਾ ਚਾਹੁੰਦਾ ਤਾਂ ਉਹ ਵੀ 9872037100 ਦੇ ਉੱਪਰ ਆਪਾਂ ਏਸੀ ਕੈਬਨ ਦੇ ਰਿਗਾਰਡਿੰਗ ਜੇ ਕੋਈ ਕੁਐਰੀ ਕਰਨੀ ਹੈ ਤਾਂ ਉਹ। ਬਾਕੀ ਜੇ ਆਪਾਂ ਫਰੰਟ ਮੱਡ ਗਾਰਡ ਅਤੇ ਰੀਅਰ ਹਿੱਚ ਹੁੱਕ ਹੋ ਗਈ ਅਤੇ ਫਰੰਟ ਵੇਟ ਜੋ ਕਿ 250 ਕਿਲੋ ਦੇ ਵਿੱਚ ਵੀ ਆਪਣੇ ਕੋਲ ਅਵੇਲੇਬਲ ਨੇ, 350 ਕਿਲੋ ਅਤੇ 300 ਕਿਲੋ ਦੇ ਵਿੱਚ ਵੀ ਆਪਣੇ ਕੋਲ ਅਵੇਲੇਬਲ ਹੈ। ਸੋ ਜੇ ਤੁਸੀਂ ਉਸ ਚੀਜ਼ ਵਾਸਤੇ ਕੋਈ ਕੁਐਰੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਉਹ ਚੀਜ਼ ਆਪਣੇ ਪ੍ਰੋਪਰ ਐਡਰੈਸ ਦੇ ਉੱਪਰ ਮੰਗਵਾਉਣੀ ਚਾਹੁੰਦੇ ਹੋ ਤਾਂ ਤੁਸੀਂ 9872037100 ਦੇ ਉੱਪਰ ਕਾਲ ਕਰ ਸਕਦੇ ਹੋ, 7347100051 ਦੇ ਉੱਪਰ ਤੁਸੀਂ ਕਾਲ ਕਰਕੇ ਆਪਣਾ ਆਰਡਰ ਪਾ ਸਕਦੇ ਹੋ। ਬਾਕੀ ਉੱਥੇ ਸਾਡਾ ਜਿਹੜਾ ਸਟਾਫ ਹੈ ਤੁਹਾਨੂੰ ਇਸ ਦੀ ਸਾਰੀ ਕਨਫਰਮੇਸ਼ਨ ਦੇ ਦੇਊਗਾ ਹੈ ਨਾ, ਵੀ ਕਿਵੇਂ ਕਿਵੇਂ ਤੁਹਾਡੇ ਨਾਲ ਗੱਲਬਾਤ ਅੱਗੇ ਪ੍ਰੋਸੀਡ ਕਰੂਗੀ, ਕਿਵੇਂ ਕਿਵੇਂ ਤੁਹਾਨੂੰ ਸਾਡੇ ਬੈਂਕ ਅਕਾਊਂਟ ਡਿਟੇਲਸ ਵਗੈਰਾ ਸਾਰਾ ਕੁਛ ਜੋ ਵੀ ਬਣਦੀ ਕਾਰਵਾਈ ਹੈ ਸਾਡੇ ਜਿਹੜੇ ਵਰਕਰ ਨੇ ਅਤੇ ਸਾਡੇ ਇੰਪਲੋਈਜ਼ ਐਂਡ ਸਟਾਫ ਹੈ ਤੁਹਾਡੇ ਨਾਲ ਇਸ ਗੱਲ ਦਾ ਰਾਬਤਾ ਕਾਇਮ ਕਰੋ। ਬਾਕੀ ਇੱਕ ਵਾਰ ਤੁਹਾਨੂੰ ਟਰੈਕਟਰ ਨੂੰ ਫਰੰਟ ਤੋਂ ਥੋੜ੍ਹਾ ਦਿਖਾ ਦਈਏ ਅਤੇ ਆਪਾਂ ਪ੍ਰੋਪਰ ट्रैक्टर की फ्रंट लुक है जी है ना, किस तरह निकल के आ रही है। सो 52 10 फोर व्हील ड्राइव ट्रैक्टर है जी, 924 के टायरों के। सो बइया ने फ्रंट मड गार्ड भी गोल्ड स्टार समाणा तो ही लगवाया, तो बाकी स्मार्ट एसी कैबिन तो बइया नाल गलबात करांगे। सो अपने नाल मौजूद ने जी बइया, सब तो पहला भाई प्यार भरी सत श्री अकाल जी। सो सब तो पहला मुबारक जी गोल्ड स्टार समाणा वालों कि तुसी साडे एसी कैबिन दे उपर जिवें आपां कहिंदे ना कंपनी दे विच ट्रस्ट कीता साडे तक तुसी विजिट कीता। सो भाई गोल्ड स्टार नाल किवें राबता कायम करिया तुसी? असीं जी थोड़ा जगराओ मेले ते असीं देखिया सीगा, ठीक है, पीडीएफ मेले ते। हांजी हांजी ਇਹ ਪੀਡੀਐਫ ਮੇਲੇ ਤੁਸੀਂ ਉੱਥੇ ਵਿਜ਼ਿਟ ਕੀਤਾ ਸੀ? ਹਾਂਜੀ ਹਾਂਜੀ। ਤੋਂ ਉਸ ਤੋਂ ਬਾਅਦ ਫਿਰ ਵੀ ਬਹੁਤ ਟਾਈਮ ਲੰਘਾ ਤਾਂ ਵੀਰੇ ਤੁਸੀਂ? ਉਹ ਜੀ ਫਿਰ ਪਹਿਲਾਂ ਤਾਂ ਇਹ ਟਰੈਕਟਰ ਨਵਾਂ ਲਿਆ, ਠੀਕ ਹੈ, ਤੇ ਫਿਰ ਅਸੀਂ ਦੇਖਿਆ ਨਾ ਵੀ ਕਿਤੇ ਵਧੀਆ ਚੱਲਦਾ ਵਾ, ਤਾਂ ਕਰਕੇ ਅਸੀਂ ਜੌਨ ਡੀਅਰ ਨਵਾਂ ਲਿਆ ਜੀ। ਠੀਕ ਹੈ, ਜੌਨ ਡੀਅਰ ਦੇ ਉੱਪਰ ਤੁਸੀਂ? ਹਾਂਜੀ ਹਾਂਜੀ। ਸੋ ਬਾਕੀ ਏਸੀ ਕੈਬਨ ਤੋਂ ਲੱਗ ਕੇ ਜਾਣਾ ਟਰੈਕਟਰ ਦੀ ਵੈਸੇ ਵੀ, ਤੇ ਬਾਕੀ ਕਿ ਇੱਥੇ ਆਪਾਂ ਇਹ ਗੱਲ ਕਰਾਂਗੇ ਵੀ ਆਪਾਂ ਹਰੇਕ ਕਸਟਮਰ ਨੂੰ ਇਹ ਵੀ ਚੀਜ਼ ਪੁੱਛਦੇ ਹੁੰਦੇ ਆ ਕਿ ਜਿਵੇਂ ਹੁਣ ਆਪਾਂ ਏਸੀ ਕੈਬਨ ਲਗਵਾ ਲਿਆ ਟਰੈਕਟਰ ਦੇ ਉੱਪਰ, ਜਦੋਂ ਆਪਾਂ ਕੰਪਨੀ ਦੇ ਵਿੱਚ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਏਜੰਸੀ ਦੇ ਵਿੱਚ ਜਾਂਦੇ ਹਾਂ, ਉੱਥੇ ਕਈ ਫੋਰ ਵੀਲ ਡਰਾਈਵ ਟਰੈਕਟਰ ਨੇ ਜਿਹੜੇ ਉਹਨਾਂ ਦੇ ਉੱਪਰ ਆਲਰੇਡੀ ਕੰਪਨੀ ਫਿਟਡ ਹੀ ਆ ਰਹੇ ਨੇ, ਹੈ ਨਾ? ਹਾਂਜੀ ਹਾਂਜੀ ਹਾਂਜੀ। ਸੋ ਆਪਾਂ ਉਹ ਚੀਜ਼ ਨੂੰ ਪ੍ਰੈਫਰ ਕਰਨ ਨੂੰ ਆਪਾਂ ਗੋਲਡ ਸਟਾਰ ਸਮਾਨਾਂ ਕੋਲ ਪਹੁੰਚੇ, ਇਹਦਾ ਕੋਈ ਖਾਸ ਵਜ੍ਹਾ, ਕਿਉਂਕਿ ਨਹੀਂ ਆਪਾਂ ਇਹ ਸੋਚਦੇ ਹਾਂ, ਆਪਣੇ ਜਿਹੜੀ ਜੱਟ ਮੱਤ ਹੁੰਦੀ ਨੇ ਇਹ ਗੱਲ ਕਹਿੰਦੀ ਹੁੰਦੀ ਹੈ ਵੀ ਯਾਰ ਜੇ ਇੱਥੋਂ ਤਾਂ ਇੱਥੋਂ ਸਹੀ ਪਰ ਚੀਜ਼ ਹਾਂਜੀ ਏਸੀ ਵਾਲੀ, ਹੈ ਨਾ? ਹਾਂਜੀ ਹਾਂਜੀ। ਇਸ ਟਾਈਮ ਪਰ ਜਦੋਂ ਤੁਸੀਂ ਗੋਲਡ ਸਟਾਰ ਸਮਾਨਾਂ ਤੇ ਵਿਸ਼ਵਾਸ ਕਰ ਰਹੇ ਹੋ ਤੁਸੀਂ ਨਾ, ਤੁਸੀਂ ਇਸ ਦਾ ਮਤਲਬ ਕੁਝ ਨਾ ਕੁਝ ਖਾਸ ਦੇਖਿਆ। ਸੋ ਆਪਣਾ ਐਕਸਪੀਰੀਅੰਸ ਆਪਣੇ ਦਰਸ਼ਕ ਵੀਰਾਂ ਨੂੰ, ਕਿਉਂਕਿ ਇਹ ਜਿਹੜੀ ਵੀਡੀਓ ਤੁਸੀਂ ਅੱਜ ਇੱਥੇ ਸ਼ੂਟ ਹੋ ਜਾਣੀ ਹੈ ਬਾਈ, ਇਹ ਜਿੰਨਾ ਚਿਰ ਗੋਲਡ ਸਟਾਰ ਸਮਾਨਾ ਰਹੋ, ਜਿੰਨਾ ਚਿਰ ਸਾਡਾ ਚੈਨਲ ਰਹੂਗਾ, ਹੈ ਨਾ, ਉਹਨਾਂ ਚਿਰ ਇੱਥੇ ਹੀ ਪਈ ਰਹਿਣੀ। ਸੋ ਆਪਣਾ ਤੁਸੀਂ ਓਨੈਸਟਲੀ ਵਿਊ ਦੱਸੋ ਵੀ ਇਹ ਚੀਜ਼ ਤੇ ਤੁਸੀਂ ਕਿਸ ਤਰ੍ਹਾਂ ਵੀ? ਇੱਕ ਤਾਂ ਜੀ ਉਹ ਜਿਹੜਾ ਲਾ ਕੇ ਆਉਂਦਾ ਪਹੁੰਚ ਤੋਂ ਬਹੁਤ ਦੂਰ ਆ, ਠੀਕ ਹੈ ਜੀ, ਜਿਹੜਾ ਟਰੈਕਟਰ ਨਾਲ ਲਾ ਕੇ ਆਉਂਦਾ ਵਾ ਉਹ ਪਲੱਸ ਹੋ ਜਾਂਦਾ, ਠੀਕ ਹੈ। ਤੇ ਇੱਕ ਤੁਹਾਡਾ ਅਸੀਂ ਦੇਖਿਆ ਜੀ ਸਾਨੂੰ ਵਧੀਆ ਲੱਗਿਆ ਵਾ,
ਖੰਨਾ ਮੇਲਾ ਲੱਗਿਆ ਸੀਗਾ ਪਟੈਟੋ ਮੇਲਾ ਅਸੀਂ ਵੀ ਪਟੈਟੋ ਦਾ ਕੰਮ ਹੀ ਕਰਦੇ ਹਾਂ ਜੀ ਤੇ ਸਾਨੂੰ ਅਸੀਂ ਉੱਥੇ ਦੇਖ ਕੇ ਚਲਾ ਚਲੋ ਕੇ ਤੁਹਾਡੇ ਪਹਿਲਾਂ ਟਰੈਕਟਰ ਦੇਖੇ ਉੱਥੇ ਸਾਨੂੰ ਪੂਰਾ ਵਿਸ਼ਵਾਸ ਹੋ ਗਿਆ ਖੰਨੇ ਵਿਖੇ ਪਟੈਟੋ ਮੇਲਾ ਅਟੈਂਡ ਕੀਤਾ ਸੀ ਜਿੱਥੇ ਆਲਮੋਸਟ ਆਲ ਓਵਰ ਸਾਰੇ ਪੰਜਾਬ ਦੇ ਆਲ ਓਵਰ ਇੰਡੀਆ ਦੇ ਜਿਹੜੇ ਕਿਸਾਨ ਸੀ ਜੋ ਕਿ ਆਲੂ ਦੀ ਖੇਤੀ ਨਾਲ ਰਿਲੇਟਡ ਨੇ ਆਪਣੇ ਕੋਲ ਉੱਥੇ ਪਹੁੰਚੇ ਸੀ ਬਾਈ ਹਨਾ ਸੋ ਬਾਈ ਵੀ ਉਹਨਾਂ ਦੇ ਵਿੱਚ ਸੀ ਸ਼ਾਮਿਲ ਸੀ ਬਾਕੀ 52 ਸਵਾਈਆਂ ਨੇ ਟਰੈਕਟਰ ਨਵਾਂ ਲਿਆ ਹਨਾ 4 ਵੀਲ ਡਰਾਈਵ ਸੋ ਬਾਕੀ ਮਡਗਾਰਡ ਵੀ ਹੋਈ ਫਿਰ ਇੱਥੇ ਹਾਂਜੀ ਸਾਰਾ ਇੱਥੇ ਹੀ ਲੱਗ ਗਿਆ ਹਨਾ ਸੋ ਇਹ ਸੀਗੇ ਬਾਕੀ ਵੀਰ ਜਿਹੜੇ ਵੀ ਵੀਡੀਓ ਦੇਖ ਰਹੇ ਹੋਣਾ ਬਾਈ ਤੁਸੀਂ ਵੀ ਆਪਣੇ ਟਰੈਕਟਰ ਦੇ ਉੱਪਰ ਮਡਗਾਰਡ ਲਗਵਾਉਣਾ ਚਾਹੁੰਦੇ 9-24 ਦੇ ਟਾਇਰਾਂ ਤੇ 11-24 ਦੇ ਐਂਡ ਅਬਵ ਜੋ ਵੀ ਆਪਣੇ ਕੋਲ ਇਸ ਟਾਈਮ ਸਾਈਜ਼ ਅਵੇਲੇਬਲ ਨੇ ਤੁਸੀਂ ਸਾਡੇ ਨਾਲ ਕਾਲ ਕਰਕੇ ਰਾਬਤਾ ਕਾਇਮ ਕਰ ਸਕਦੇ ਬਾਕੀ ਇੱਕ ਵਾਰ ਦਰਸ਼ਕ ਵੀਰਾਂ ਨੂੰ ਆਪਣਾ ਨਾਮ ਪਤਾ ਦੱਸੋ ਜੀ ਮੇਰਾ ਨਾਮ ਭੁਪਿੰਦਰ ਸਿੰਘ ਜੀ ਪਿੰਡ ਸਦਮਾ ਵੇਟ ਜ਼ਿਲ੍ਹਾ ਲੁਧਿਆਣਾ ਜੀ ਸਿੱਧਵਾਂ ਬੇਟ ਪਿੰਡ ਲੁਧਿਆਣੇ ਜ਼ਿਲ੍ਹੇ ਤੋਂ ਲੁਧਿਆਣਾ ਜ਼ਿਲ੍ਹਾ ਤੋਂ ਵੈਸੇ ਸ਼ੁਰੂਆਤ ਤੁਹਾਨੂੰ ਦੱਸ ਦਈਏ ਕਿ ਅਸੀਂ ਸ਼ੁਰੂਆਤ ਵੀ ਲੁਧਿਆਣੇ ਤੇ ਕੀਤੀ ਸੀ ਪਹਿਲੀ ਵਾਰ ਜਿਹੜਾ ਲੁਧਿਆਣੇ ਯੂਨੀਵਰਸਿਟੀ ਦਾ ਮੇਲਾ ਅਟੈਂਡ ਕੀਤਾ ਸੀ ਉਸ ਟਾਈਮ 골ਡ ਸਟਾਰ ਸਮਾਣਾ ਉਸ ਟਾਈਮ ਬਿਲਕੁਲ ਨਵਾਂ ਨਵਾਂ ਇਸ ਮੈਦਾਨ ਦੇ ਵਿੱਚ ਉਤਰਿਆ ਸੀ ਸੋ ਬਾਕੀ ਇਸ ਤੋਂ ਪਹਿਲਾਂ ਬਾਈ ਕਿਹੜਾ ਟਰੈਕਟਰ ਯੂਜ਼ ਕਰ ਰਹੇ ਸੀ ਸਾਡੇ ਕੋਲ ਟਰੈਕਟਰ ਤਾਂ 2-3-4 ਆ ਜੀ ਠੀਕ ਆ ਜੌਂਡੀਅਰ ਹੋ ਗਿਆ ਠੀਕ ਹੈ ਜੀ ਨਿਊ ਹਾਲੈਂਡ ਆ ਸਵਰਾਜ ਆ ਮਹਿੰਦਰਾ ਆ ਮੌਸਮ ਦੇ ਹਿਸਾਬ ਨਾਲ ਆਪਾਂ ਨੂੰ ਜਾਣੀ ਵਧੀਆ ਇੱਥੇ ਕੋਈ ਏਡੀ ਨੀ ਹੈਗੀ ਇਹ ਤਾਂ ਜੇ ਵਿੱਚ ਮਾੜੀ ਮੋਟੀ ਧੁੰਦ ਜੰਮੂਗੀ ਤਾਂ ਆਪਾਂ ਨੂੰ ਮਾੜੀ ਮੋਟੀ ਏਸੀ ਲਾਉਣਾ ਪੈਣਾ ਵਾ ਹੀਟ ਤਾਂ ਭੁੱਲੋ ਹੀਟ ਤਾਂ ਵੈਸੇ ਹੀ ਹੋ ਜਾਣੀ ਹੈ ਨਾ ਹਾਂਜੀ ਹਾਂ ਹੀਟ ਤਾਂ ਵੈਸੇ ਹੀ ਹੋਏ ਹਵਾ ਨੀ ਲੱਗੀ ਤਾਂ ਆਪੇ ਹੀਟ ਹੋ ਜਾਂਦਾ ਹਾਂਜੀ ਹਾਂ ਤੇ ਬਾਕੀ ਇੱਥੇ ਤੱਕ ਪਹੁੰਚਣ ਵਾਸਤੇ ਜਿਵੇਂ ਆਪਾਂ ਕਹਦੇ ਹੁਣ ਆਪਣੇ ਨਾਲ ਵੀ ਰਾਬਤਾ ਕਾਇਮ ਕਰਿਆ ਸਾਡੇ ਸਟਾਫ ਨੂੰ ਮਿਲੇ ਹਨਾ ਸਾਡੇ ਓਨਰ ਐਮਡੀ ਸਰ ਨੂੰ ਤੁਸੀਂ ਮਿਲੇ ਹਾਂਜੀ ਹਾਂਜੀ ਤੋਂ ਉਹਨਾਂ ਨਾਲ ਕਿਸੇ ਤਰ੍ਹਾਂ ਵੀ ਜਦੋਂ ਆਪਾਂ ਰਾਬਤਾ ਕਾਇਮ ਕਰਿਆ ਕਿਸੇ ਵੱਲੋਂ ਵੀ ਈਵਨ ਕਿ ਸਾਡੇ ਸਟਾਫ ਦੇ ਸਾਡੇ ਵਰਕਰ ਵੱਲੋਂ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੋਵੇ ਨਹੀਂ ਨਹੀਂ ਕੋਈ ਨਹੀਂ ਕੋਈ ਵਧੀਆ ਕੋਆਪਰੇਟ ਕਰਦੇ ਆ ਸਾਰੇ ਵਧੀਆ ਵਧੀਆ ਪੂਰਾ ਸਹਿਯੋਗ ਦਿੰਦੇ ਆ ਤੋਂ ਬਾਕੀ ਇਹੀ ਉਮੀਦ ਕਰਦੇ ਆ ਕਿ ਜਿਵੇਂ ਦੇਖੋ ਹੁਣ ਤੱਕ ਆਪਾਂ ਇੱਕ ਵਧੀਆ ਡੀਲ ਦੇ ਥਰੂ ਮਿਲਿਆ ਹਨਾ ਅਹੀਂ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆ ਤਾਂ 골ਡ ਸਟਾਰ ਸਮਾਣਾ ਨਾਲ ਰਾਬਤਾ ਕਾਇਮ ਕਰਕੇ ਆਪਾਂ ਵੈਸੇ ਤਾਂ ਦੇਖੋ 101% ਅੱਜ ਦੇ ਸਮੇਂ ਦੇ ਵਿੱਚ ਆਪਾਂ ਦੇਖੀਏ ਐਜ਼ ਕੰਪੇਅਰ ਟੂ ਜਦੋਂ ਅਸੀਂ ਸਟਾਰਟ ਕੀਤਾ ਸੀ ਜਦੋਂ ਕੋਈ ਵੀ ਚੀਜ਼ ਵੀ ਆਪਾਂ ਸ਼ੁਰੂ ਕਰਦੇ ਹਾਂ ਨਾ ਉਦੋਂ ਹੋ ਸਕਦਾ ਚੀਜ਼ ਦੇ ਵਿੱਚ ਕੋਈ ਮਾੜੀ ਮੋਟੀ ਤਿਲ ਫੁੱਲ ਮਿਸਟੇਕ ਰਹਿ ਜੇ ਹਨਾ ਬਾਕੀ ਹੁਣ ਪਰਮਾਤਮਾ ਦੀ ਕਿਰਪਾ ਨਾਲ 골ਡ ਸਟਾਰ ਸਮਾਣਾ ਉਸ ਮੁਕਾਮ ਤੇ ਆ ਜੀ ਕਿ ਹੁਣ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਬਾਕੀ ਜੋ ਵੀ ਸਾਡੇ ਨਿੱਕੇ ਮੋਟੇ ਕੋਈ ਡਿਫਰੈਂਸਿਸ ਲੱਗਦੇ ਸੀ ਕੋਈ ਕਮੀਆਂ ਸੀ ਸਾਨੂੰ ਕਸਟਮਰ ਨੇ ਹੀ ਉਹ ਚੀਜ਼ਾਂ ਗਾਈਡ ਕਰ ਕਰਕੇ ਅਸੀਂ ਆਪਣੇ ਸਮੇਂ ਸਿਰ ਹਨਾ ਚੀਜ਼ਾਂ ਦੇ ਵਿੱਚ ਬਹੁਤ ਬਦਲਾਵ ਕੀਤੇ ਨੇ ਸੋ ਉਮੀਦ ਕਰਦੇ ਕਿ ਜਿੱਥੇ ਵੀ ਟਰੈਕਟਰ ਲੈ ਕੇ ਜਾ ਰਹੇ ਹੋ ਬਾਈ ਤੁਸੀਂ ਸਿੱਧਵਾਂ ਵੇਟ ਪਿੰਡ ਦੇ ਨੇੜੇ ਤੇੜੇ ਲੁਧਿਆਣੇ ਦੇ ਲਾਗੇ ਹਨਾ ਜੋ ਵੀ ਵੀਰ ਨੂੰ ਮਿਲਣਾ ਚਾਹੁੰਦੇ ਨੇ ਭੁਪਿੰਦਰ ਸਿੰਘ ਬਾਈ ਦਾ ਨਾਮ ਹੈ ਸੋ ਟਰੈਕਟਰ ਨੂੰ ਇੱਕ ਵਾਰ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਉੱਥੇ ਦੇਖ ਸਕਦੇ ਹੋ ਜਾ ਕੇ ਡਰਾਈਵ ਕਰਕੇ ਕਿਉਂਕਿ ਬਾਈ ਹੁਣ ਤੁਹਾਨੂੰ ਐਕਸਪੀਰੀਅੰਸ ਆਪਣਾ ਦੱਸ ਹੀ ਦੇਣਗੇ ਬਾਕੀ ਸਾਡੇ ਵੱਲੋਂ ਵੀ ਕੋਸ਼ਿਸ਼ ਰਹੂਗੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਦੀਆਂ ਨਿਕਲਣ ਤੋਂ ਬਾਅਦ 골ਡ ਸਟਾਰ ਸਮਾਣਾ ਦੇ ਐਮਡੀ ਸਰ ਜਿਵੇਂ ਕਿ ਪਿਛਲੇ ਸਾਲ ਵੀ ਇੱਕ ਵਾਰੀ ਫੀਲਡ ਇਨਸਪੈਕਸ਼ਨ ਵਾਸਤੇ ਗਏ ਸੀ ਜਿੱਥੇ ਕਿ ਆਪਾਂ ਇਹ ਦੇਖਣਾ ਸੀ ਕਿ ਆਪਣੇ ਜਿਹੜੇ ਏਸੀ ਕੈਬਨ ਲੱਗੇ ਹੋਏ ਨੇ ਕਿਸ ਤਰ੍ਹਾਂ ਵਰਕ ਕਰ ਰਹੇ ਨੇ ਕਿ ਕਸਟਮਰ ਨੂੰ ਕੋਈ ਦਿੱਕਤ ਪਰੇਸ਼ਾਨੀ ਸੋ ਇਸ ਵਾਰ ਵੀ ਕੋਸ਼ਿਸ਼ ਕਰਾਂਗੇ ਅਸੀਂ ਕਿ ਗਰਾਊਂਡ ਲੈਵਲ ਤੇ ਜਾ ਕੇ ਹਨਾ ਇੱਕ ਵਾਰੀ ਆਪਣੇ ਦਿੱਤੇ ਹੋਏ ਪ੍ਰੋਡਕਟ ਦੀ ਜਿਹੜੀ ਜਾਂਚ ਕਰ ਸਕੀਏ ਤਾਂ ਕਿ ਉਹ ਵੀਡੀਓਜ਼ ਵੀ ਆਪਾਂ ਸਾਹਮਣੇ ਰੱਖਾਂਗੇ ਜਿਸ ਦੇ ਵਿੱਚ ਆਪਾਂ ਨੂੰ ਕਸਟਮਰ ਦਾ ਰਿਵਿਊ ਚਾਹੇ ਉਹ ਪੋਜ਼ਿਟਿਵ ਹੈ ਚਾਹੇ 네ਗੇਟਿਵ ਆਪਾਂ ਨੂੰ ਪਤਾ ਲੱਗੂਗਾ ਵੈਸੇ ਹੁਣ ਤੱਕ ਆਪਾਂ ਜਿੰਨੇ ਵੀ ਰਿਵਿਊ ਲਏ ਨੇ ਪੋਜ਼ਿਟਿਵ ਰਿਵਿਊ ਹੀ ਆਏ ਨੇ ਕਿਉਂਕਿ ਜਿੱਥੇ-ਜਿੱਥੇ ਵੀ ਕੋਈ ਦਿੱਕਤ ਪਰੇਸ਼ਾਨੀ ਸਟਾਰਟਿੰਗ ਦੇ ਵਿੱਚ ਆਈ ਸੀ ਉੱਥੇ 골ਡ ਸਟਾਰ ਸਮਾਣਾ ਕਸਟਮਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਤੇ ਬਣਦੀ ਜਿੱਥੇ ਰਿਪੇਅਰ ਜਿਸ ਤਰ੍ਹਾਂ ਦੀ ਵੀ ਕੋਈ ਰਿਪਲੇਸਮੈਂਟ ਦੀ ਲੋੜ ਪਈ ਹੈ 골ਡ ਸਟਾਰ ਸਮਾਣਾ ਨੇ ਹਰੇਕ ਸੁਵਿਧਾ ਦਿੱਤੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੀ ਕਹਿ ਰਹੇ ਹਾਂ ਕਿ ਜਿਸ ਤਰ੍ਹਾਂ ਕਿਸਾਨ ਵੀਰ ਸਾਡੇ ਤੇ ਯਕੀਨ ਕਰ ਰਹੇ ਨੇ ਹਨਾ ਉਸੇ ਤਰ੍ਹਾਂ ਸਾਡਾ ਹੀ ਵਿਸ਼ਵਾਸ ਬਣਿਆ ਰਹੇ ਤੇ ਸਾਨੂੰ ਇਸ ਤਰ੍ਹਾਂ ਹੀ ਸਪੋਰਟ ਕਰਦੇ ਰਹੋ ਸੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਓ ਜੀ ਆਪਾਂ ਇੱਕ ਵਾਰ ਫੇਰ ਦੱਸ ਦਈਏ ਕਿ ਫਰੰਟ ਮਡਗਾਰਡ ਫਰੰਟ ਵੇਟ ਤੇ ਏਸੀ ਕੈਬਨ ਤੇ ਬਾਕੀ ਜਿਹੜੀ ਆਪਣੀ ਰੀਅਰ ਹਿੱਚ ਹੁੱਕ ਹੁੰਦੀ ਹੈ ਉਹਦੇ ਵਿੱਚ ਆਪਾਂ ਡੀਲ ਕਰ ਰਹੇ ਹਾਂ ਸੋ ਇਹਦੇ ਵਾਸਤੇ ਕੋਈ ਵੀ ਕੁਐਰੀ ਕਰਨੀ ਹੈ ਏਸੀ ਕੈਬਨ ਰਿਲੇਟਡ 9872037100 ਸਾਡਾ ਕੰਟੈਕਟ ਨੰਬਰ ਹੈ ਬਾਕੀ ਅਸੈਸਰੀਜ਼ ਦੇ ਲਈ ਤੁਸੀਂ 7347100051 ਦੇ ਉੱਪਰ ਕਾਲ ਕਰ ਸਕਦੇ ਹੋ
ਤੇ ਬਾਕੀ ਜੇ ਤੁਸੀਂ ਆਪਣੀ ਜਗ੍ਹਾ ਦੇ ਉੱਪਰ ਆਪਣੀ ਪਲੇਸ ਦੇ ਉੱਪਰ ਬਕਾਇਦਾ ਸਾਡੇ ਤੋਂ ਆਰਡਰ ਕਰਕੇ ਚੀਜ਼ ਮੰਗਵਾਉਣਾ ਚਾਹੁੰਦੇ ਹੋ ਏਸੀ ਕੈਬਨ ਨੂੰ ਛੱਡ ਕੇ, ਕਿਉਂਕਿ ਏਸੀ ਕੈਬਨ ਇੱਕ ਹੈਵੀ ਡਿਊਟੀ ਚੀਜ਼ ਆ ਗਈ ਹਨਾ, ਤਾਂ ਉਸਦੇ ਜੇ ਆਪਾਂ ਕੁਛ ਵੀ ਚੀਜ਼ ਨਹੀਂ ਮੰਗਵਾਉਣਾ ਚਾਹੁੰਦੇ ਤਾਂ ਆਪਾਂ ਗੋਲਡ ਸਟਾਰ ਸਮਾਨਾਂ ਨੂੰ ਕਾਲ ਕਰਕੇ ਰਾਬਤਾ ਕਾਇਮ ਕਰ ਆਪਣੇ ਐਡਰੈਸ ਦੇ ਉੱਪਰ ਮੰਗਵਾ ਸਕਦੇ ਆ। ਤੇ ਬਾਕੀ ਬਾਈਆਂ ਨੂੰ ਵੀ ਇੱਕ ਗੱਲ ਦੇਖੋ, ਵੈਸੇ ਬਾਈ ਬਹੁਤ ਸਿੰਸੀਅਰ ਨੇ, ਪਰ ਆਪਾਂ ਇੱਕ ਗੱਲ ਬਾਈ ਸਾਰਿਆਂ ਨੂੰ ਇਹੀ ਕਹਿਣਾ, ਕਿਉਂਕਿ ਜਿਹੜੇ ਏਸੀ ਕੈਬਨ ਦੀ ਸੁਵਿਧਾ ਗੋਲਡ ਸਟਾਰ ਸਮਾਨਾਂ ਦੇ ਰਹੀ ਹੈ, ਇਹ ਸਿਰਫ ਆਪਣੀ ਸਹੂਲਤ ਵਾਸਤੇ ਹੈ। ਸੋ ਕਿਸੇ ਵੀ ਤਰ੍ਹਾਂ ਦੇ ਸਟੰਟਬਾਜ਼ੀ ਦੇ ਵਿੱਚ ਜਾਂ ਕਿਸੇ ਵੀ ਤਰ੍ਹਾਂ ਆਪਾਂ ਡਾਇਰੈਕਟਰ ਦੇ ਨਾਲ ਕੋਈ ਟੋਚਨ ਮੁਕਾਬਲੇ ਦੇ ਵਿੱਚ ਇਹ ਆਪਾਂ ਨੂੰ ਸੇਫਟੀ ਪ੍ਰੋਵਾਈਡ ਨਹੀਂ ਕਰਦਾ, ਆਪਾਂ ਨੂੰ ਕੰਡੀਸ਼ਨ ਕਹਿ ਸਕਦੇ ਹਾਂ, ਆਪਾਂ ਨੂੰ ਫੈਸਿਲਿਟੀਜ਼ ਦੇ ਰਿਹਾ, ਵੀ ਆਪਣਾ ਵਾਤਾਵਰਨ ਸਹੀ ਕਰ ਦਿੰਦਾ, ਵਿੱਚ ਬੈਠਦਾ ਬੰਦਾ ਜਦੋਂ ਉਹਨਾਂ ਆਲੇ ਦੁਆਲੇ ਐਟਮੋਸਫੀਅਰ ਵਧੀਆ ਦੇ ਸਕਦਾ। ਪਰ ਵੀਰ ਬਣ ਕੇ ਮੇਰੀ ਇੱਕ ਰਿਕੁਐਸਟ ਰਹੂਗੀ ਇਕੱਲੇ ਏਸੀ ਕੈਬਨ ਯੂਜ਼ਰ ਨੂੰ ਵੀ, ਬਾਕੀਆਂ ਨੂੰ ਵੀ, ਕਿ ਇਹ ਚੀਜ਼ਾਂ ਖੇਤੀ ਵਾਸਤੇ, ਸੋ ਇਹਨਾਂ ਨੂੰ ਖੇਤੀ ਵਾਸਤੇ ਹੀ ਵਰਤਿਆ ਜਾਵੇ। ਸੋ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੇ ਵੀਡੀਓ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ। ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ, ਧੰਨਵਾਦ।